ਤੇ ਲੋਟਸ ਕੰਪਨੀ ਨੇ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਸ਼ਿਕਾਇਤ ਦਰਜ ਕਰਵਾਈ ਕਿ ਮੋਗਾ ਦੀ ਇੱਕ ਫਾਰਮ ਵੱਲੋਂ ਜਾਲੀ ਤੌਰ ਤੇ ਉਹਨਾਂ ਦੇ ਬ੍ਰਾਂਡ ਦੀ ਨਾਮ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜਿਸ ਦੇ ਤਹਿਤ ਦਿੱਲੀ ਹਾਈ ਕੋਰਟ ਨੇ ਮੋਗਾ ਦੀ ਇਸ ਫਰਮ ਵਿੱਚ ਛਾਪੇਮਾਰੀ ਕਰਨ ਅਤੇ ਇਸ ਦੇ ਮਾਲ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ। ਇਸ ਮਗਰੋਂ ਲੋਟਸ ਕੰਪਨੀ ਦੇ ਮਾਲਕਾਂ ਅਤੇ ਵਕੀਲਾਂ ਨੇ ਇਸ ਫਰਮ ਵਿੱਚ ਛਾਪੇਮਾਰੀ ਕੀਤੀ ਅਤੇ ਉਹਨਾਂ ਦੱਸਿਆ ਕਿ ਇਹ ਫਰਮ ਝੂਠ ਦੇ ਆਧਾਰ ਤੇ ਉਤਪਾਦਨ ਵੇਚ ਰਹੀ ਹੈ ਜਿਸ ਕਾਰਨ ਲੋਟਸ ਕੰਪਨੀ ਨੂੰ ਨੁਕਸਾਨ ਚੱਲਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਇਸ ਮਾਮਲੇ ਸੰਬੰਧੀ ਅਗਲੀ ਕਾਰਵਾਈ ਅਦਾਲਤ ਵਿੱਚ ਕੀਤੀ ਜਾਵੇਗੀ। ਟ੍ਰੇਡਮਾਰਕ ਦਾ ਇੱਕ ਪਾਸਿੰਗ ਆਫ ਪ੍ਰਾਇਰ ਯੂਜ਼ਰ ਕੀ ਰੇਡ ਹੈ ਜਿਸਮੇਂ ਜੋ ਪਹਿਲੇ ਯੂਜ਼ ਕਰਤਾ ਹੈ ਟ੍ਰੇਡਮਾਰਕ ਉਸਕਾ ਹੋਤਾ ਹੈ। ਜੋ ਕੰਪਲੇਨੈਂਟ ਹੈ ਇਸਮੇਂ 2001 ਸੇ ਟ੍ਰੇਡਮਾਰਕ ਯੂਜ਼ ਕਰ ਰਹਾ ਹੈ ਲੋਟਸ ਕੇ ਨਾਮ ਸੇ, ਔਰ ਜੋ ਡਿਫੈਂਡੈਂਟ ਹੈ ਇਹਨੇ ਇਸਕਾ ਕਾਪੀ ਕੀਆ ਹੁਆ ਹੈ, ਔਰ ਇਹ ਇਸ ਤਰੀਕੇ ਕੇ ਇਹ ਦੇਖੀਏਗਾ ਲੋਟਸ ਰਸਕ ਕੇ ਨਾਮ ਸੇ ਬਣਾ ਰਹੇ ਹੈ। ਤੋ ਇਹ ਇੱਕ ਟ੍ਰੇਡਮਾਰਕ ਐਕਟ ਮੇਂ ਇੱਕ ਅਪਰਾਧ ਹੈ, CPC ਮੇਂ ਇੱਕ ਅਪਰਾਧ ਹੈ ਕਿ ਕੋਈ ਵੀ ਕਿਸੀ ਕੇ ਨਾਮ ਕੋ ਬਿਨਾ ਉਸਕੀ ਪਰਮਿਸ਼ਨ ਕੇ ਯੂਜ਼ ਨਹੀਂ ਕਰ ਸਕਤਾ ਹੈ। ਅਭੀ ਤੱਕ ਯਹਾਂ ਪੇ ਕਾਫੀ ਸੈਂਪਲ ਬਰਾਮਦ ਹੋਏ ਹੈ, ਇਨਵੋਇਸਿਸ ਬਰਾਮਦ ਹੋਏ ਹੈ ਜੋ ਇਹ ਲੋਟਸ ਕੇ ਨਾਮ ਸੇ, ਔਰ ਇਨਕੇ ਹਰਿਦੁਆਰ ਜਹਾਂ ਸੇ ਮੈਨੂਫੈਕਚਰਿੰਗ ਹੈ ਵਹਾਂ ਪਰ ਵੀ ਸਾਇਮਲਟੇਨੀਅਸਲੀ ਆਜ ਰੇਡ ਹੋਈ ਹੈ, ਵਹਾਂ ਪਰ ਵੀ ਕਰੀਬ 200 ਸੇ 250 300 ਡਿੱਬੇ ਵਹਾਂ ਪਰ ਵੀ ਪਕੜੇ ਗਏ। ਕਾਰਵਾਈ ਅਭੀ ਸਾਰੀ ਸਰਚ ਐਂਡ ਸੀਜ਼ਰ ਕੇ ਆਰਡਰ ਹੈ ਕੋਰਟ ਕੇ, ਸਾਰਾ ਸਰਚ ਐਂਡ ਸੀਜ਼ਰ ਕੀਆ ਜਾਏਗਾ ਫਿਰ ਕੋਰਟ ਕੋ ਰਿਪੋਰਟ ਸੌਂਪੀ ਜਾਏਗੀ। ਅੱਛਾ, ਇਹ ਜੋ ਰਿਕਾਰਡ ਹੈ ਜਾਂ ਜੋ ਬਰਾਮਦਗੀ ਹੋਈ ਹੈ ਸਮਾਨ ਕਿਸ ਕੋ ਯਹੀਂ ਪੇ ਸੀਜ਼ ਕਰ ਦਿਆ ਜੀ? ਜਰਾ ਯਹੀਂ ਪੇ ਸੀਜ਼ ਕਰਕੇ ਇਨਕੋ ਇਨਵੈਂਟਰੀ ਦੇ ਦੀ ਜਾਏਗੀ। ਐਸਾ ਹੈ ਕਿ ਹਮ ਲੋਟਸ ਬ੍ਰਾਂਡ ਸੇ ਨੂਡਲਸ ਬਣਾ ਰਹੇ ਥੇ ਪਿਛਲੇ 2.5-3 ਸਾਲ ਸੇ। ਲੋਟਸ ਕਾ ਆਪਣਾ ਬ੍ਰਾਂਡ ਰਜਿਸਟਰਡ ਕੇ ਲੀਏ ਦੀਆ ਹੁਆ 2001 ਸੇ। तो ये गाव्या कॉरपोरेशन वाले हमारे डिस्ट्रीब्यूटर होते थे, यहाँ पे सारा पंजाब का एरिया ये करते थे। मई के महीने में इन्होंने जाके कोई माल नहीं लिया, और पता लगा हमें जून के महीने में इन्होंने एक गाव्या लोटस के नाम से अपना प्रोडक्ट बना दिया जिसमें गाव्या एक छोटा छोटा सा लिख दिया कैमोफ्लॉज करके, ताकि मार्केट में ये लोटस के नाम का बेनिफिट उठा सके। उससे क्या हुआ कि सारा का सारा, क्योंकि मार्केट ये पहले खुद डिस्ट्रीब्यूटर इनके पास होते थे, सारा कुछ इनके पास होता था, ऑल ऑफ ए सडन इन्होंने लोगों को ये कहना शुरू किया कि जी लोटस कंपनी ने सिर्फ रैपर चेंज कर दिया है, ये लोटस का ही माल है, तो इसलिए लोटस का ये वाला माल ले लीजिए। उससे इन्होंने सारा का सारा जो ट्रेडमार्क है उसको वायलेट किया, कॉपीराइट को वायलेट किया, जिसके लिए कि हमें कोर्ट में जाके अपनी प्लीडिंग करनी पड़ी कि ये जो चीज़ कर रहे हैं एक मैलाफाइड इंटेंशन के साथ हमारे ब्रांड को यूटिलाइज करने के लिए अपना सारा माल मार्केट में ठोक रहे हैं। ये तो सिर्फ ये देखने आए हैं कि इनके पास कितना माल पड़ा है। कोर्ट ने ये ऑर्डर किया है कि जो भी माल ये है गाव्या लोटस के नाम पर जिसमें गाव्या दिखाई भी नहीं देता, वो सारे के सारे को सीज़ किया जाए और उनको सुपुर्दारी पर दे दिया जाए। केस आगे चलेगा, क्या होगा ट्रेड के नाम पे, ट्रेडमार्क के नाम पे जो होगा वो आगे देखेंगे, लेकिन फॉर द टाइमिंग इंजंक्शन ये है कि वो इस माल को नहीं बना सकते ना बेच सकते हैं मार्केट।